ਮੈਨੂੰ ਲੱਗਦਾ ਕਿ ਵਨ ਆਫ ਦਾ ਗ੍ਰੇਟੈਸਟ ਸਿੰਗਰ ਇਨ ਦਾ ਵਰਲਡ ਨਾ ਸਿਰਫ ਭਾਰਤ ਵਿੱਚ ਦੁਨੀਆ ਵਿੱਚ ਉਹਨਾਂ ਵਰਗਾ ਸ਼ਾਇਦ ਕੋਈ ਗਾਣ ਵਾਲਾ ਹੋਇਆ ਹੋਵੇਗਾ ਔਰ ਜਿਵੇਂ ਕਿ ਉਹਨਾਂ ਦੀਆਂ ਲਾਈਨਾਂ ਸੁਣ ਰੇ ਸੀ ਸਤਰਾ ਸੁਣ ਰੇ ਸੀ ਕਿ ਨਾਮ ਰਹਿ ਜਾਏਗਾ ਔਰ ਬਿਲਕੁਲ ਉਹਨਾਂ ਦੀ ਆਵਾਜ਼ ਜਿਹੜੀ ਹੈ ਹਮੇਸ਼ਾ ਲੋਕਾਂ ਨੂੰ ਇਨਸਪਾਇਰ ਕਰੇਗੀ 80 81 ਸਾਲ ਗਾਣਾ ਔਰ ਆਪਣੀ ਪਹਿਚਾਨ ਬਣਾਣੀ ਗਿਨੈਸ ਬੁੱਕ ਵਿੱਚ ਰਿਕਾਰਡ ਬਣਾਣੇ ਆਪਣੀ ਗਾਇਕੀ ਨਾਲ ਮੈਨੂੰ ਲੱਗਦਾ ਹੈ ਕਿ ਘਾਟਾ ਬਹੁਤ ਵੱਡਾ ਲੇਕਿਨ ਉਹ ਹਮੇਸ਼ਾ ਸਾਡੇ ਜ਼ਿਹਨ ਵਿੱਚ ਜ਼ਿੰਦਾ ਰਹਿਣਗੇ ਔਰ ਜਿਸ ਤਰ੍ਹਾਂ ਉਹ ਗਾਂਦੇ ਸੀ ਮੈਨੂੰ ਯਾਦ ਆ ਬਚਪਨ ਵਾਲੇ ਉਹਨਾਂ ਦੀ ਆਵਾਜ਼ ਜਿਹੜੀ ਭਜਨ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਉਹਨਾਂ ਦੀ ਆਵਾਜ਼ ਆਣੀ ਤੇ ਇੱਕ ਮਿਠਾਸ ਖੋਲਦਿਆ ਸੀ ਪੂਰੇ ਪੂਰੇ ਉਸ ਵਾਤਾਵਰਣ ਵਿੱਚ ਚਾਹੇ ਉਹ ਦੇਸ਼ ਭਗਤੀ ਦੀ ਗੱਲ ਕਰ ਲੋ ਮੇਰੇ ਮੇਰੇ ਵਤਨ ਕੇ ਲੋਗੋ ਜ਼ਰਾ ਅੱਖਾਂ ਵਿੱਚ ਵਰਲੋ ਪਾਣੀ ਸੋ ਦੇਸ਼ ਭਗਤੀ ਤੋਂ ਇਨਸਪਾਇਰ ਕੀਤਾ ਅਗਰ ਯੂਥ ਦੀ ਗੱਲ ਕਰੀਏ ਦਿਲ ਤੋਂ پاگل ਹੈ ਬਹੁਤ ਵਧੀਆ ਫਿਲਮਾਂ ਦੇ ਵਿੱਚ ਉਹਨਾਂ ਨੇ ਗਾਇਆ